हेलो स्टूडेंट, स्काईलाइट एकेडमी ਦੇ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਤੁਹਾਨੂੰ ਜਿਵੇਂ ਕਿ ਪਤਾ ਹੈ ਕਿ ਜਿਹੜੇ ਵੀ ਸਟੂਡੈਂਟ ਇਸ ਚੈਨਲ ਤੇ ਨਵੇਂ ਹੈ, ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਸ਼ੇਅਰ ਕਰੋ। ਜਿਵੇਂ ਕਿ ਤੁਸੀਂ ਥੰਬਨੇਲ ਜਿਹੜਾ ਹੈ ਉਹ ਸਾਡਾ ਦੇਖ ਹੀ ਲਿਆ, ਆਪਾਂ ਗੱਲ ਕਰਾਂਗੇ ਅੱਜ ਐਨਟੀਟੀ ਦੇ ਬਾਰੇ, ਨਰਸਰੀ ਟੀਚਰ ਟ੍ਰੇਨਿੰਗ। ਦੇਖੋ, ਭਾਰਤ ਸਰਕਾਰ ਜਲਦ ਹੀ ਆਪਣੀ ਨਵੀਂ ਸਿੱਖਿਆ ਨੀਤੀ ਜਿਹੜੀ ਹੈ ਉਹ ਲਾਗੂ ਕਰ ਰਹੀ ਹੈ। ਇਹ ਤੁਹਾਨੂੰ ਵੀ ਪਤਾ ਹੈ ਕਿ ਤੁਹਾਡਾ ਐਨਟੀਟੀ ਦਾ ਕੋਰਸ ਜਿਹੜਾ ਹੈ ਕੀਤਾ ਹੋਇਆ ਇਗਨੂ ਤੋਂ, ਜਾਂ ਤੁਸੀਂ ਨੈਸ਼ਨਲ ਇੰਸਟੀਟਿਊਟ ਆਫ ਓਪਨ ਸਕੂਲਿੰਗ ਵੀ ਐਨਟੀਟੀ ਦੀਆਂ ਜਿਹੜਾ ਕੋਰਸ ਹੈ ਉਹ ਕਰਾ ਰਹੀ ਸੀ। ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ, ਜਿਹੜੇ ਵੀ ਸਟੂਡੈਂਟ ਨੇ ਇਗਨੂ ਤੋਂ ਐਨਟੀਟੀ ਦਾ ਕੋਰਸ ਕੀਤਾ ਹੈ ਉਹਨਾਂ ਦਾ ਫਿਊਚਰ ਜਿਹੜਾ ਹੈ ਉਹ ਬ੍ਰਾਈਟ ਹੈ। ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਨਾਲ ਚੰਡੀਗੜ੍ਹ ਦੇ ਵਿੱਚ ਵੀ ਐਨਟੀਟੀ ਦੀਆਂ ਪੋਸਟਾਂ ਲਗਭਗ 178 ਇੱਕ ਕਰੀਬ ਵੈਕੈਂਸੀ ਆ ਰਹੀ ਹੈ, ਉਸੇ ਤਰ੍ਹਾਂ ਪੰਜਾਬ ਦੇ ਵਿੱਚ 2020 ਦੇ ਵਿੱਚ ਇੱਕ ਨੋਟੀਫਿਕੇਸ਼ਨ ਆਇਆ ਸੀ 83-93 ਦਾ, ਉਹਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਉਹ ਭਰਤੀ ਪਹਿਲਾਂ ਪੇਪਰ ਹੋਣਾ ਸੀ, ਫਿਰ ਉਹਦਾ ਰੱਦ ਹੋ ਗਿਆ, ਫਿਰ ਉਹਦੇ 'ਚ ਕੇਸ ਚਲਾ ਗਿਆ, ਫਿਰ 50-50 ਹੋ ਗਿਆ। ਠੀਕ ਹੈ ਵੀ ਵਲੰਟੀਅਰ ਅਤੇ ਫਰੈਸ਼ਰ ਵਾਸਤੇ ਮੈਂ ਇਹ ਸਮਝ ਰਿਹਾ, ਮੈਂ ਇਹ ਤੁਹਾਨੂੰ ਦੱਸਣ ਦੀ ਸਮਝਾਉਣ ਦੀ ਕੋਸ਼ਿਸ਼ ਸਿਰਫ ਇੰਨੀ ਕਰ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਕੋਲ ਪੰਜਾਬ ਦੇ ਵਿੱਚ ਵੈਕੈਂਸੀ ਜਿਹੜੀ ਹੈ ਉਹ ਦੇਖਣ ਨੂੰ ਮਿਲੂਗੀ। ਸ਼੍ਰੀ ਹਰਜੋਤ ਬੈਂਸ ਜੀ ਜਿਹੜੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਹੈ, ਉਹਨਾਂ ਨੇ ਅੱਜ ਤੋਂ 10 ਦਿਨ ਪਹਿਲਾਂ ਇਹ ਗੱਲ ਕਹੀ ਸੀ ਕਿ ਅਸੀਂ ਪੰਜਾਬ ਪੁਲਿਸ ਦੀ ਤਰ੍ਹਾਂ ਕੈਲੰਡਰ ਜਾਰੀ ਕਰ ਰਹੇ ਹਾਂ ਮਾਸਟਰ ਕੈਡਰ ਦਾ ਜਾਂ ਅਧਿਆਪਕਾਂ ਦੀ ਰਿਕਰੂਟਮੈਂਟ ਦਾ। ਮੈਨੂੰ ਪੂਰਨ ਆਸ ਹੈ ਕਿ ਉਹਦੇ ਵਿੱਚ ਐਨਟੀਟੀ ਦੀਆਂ ਵੈਕੈਂਸੀਆਂ ਵੀ ਜ਼ਰੂਰ ਹੋਣਗੀਆਂ। ਮੇਰਾ ਕਹਿਣ ਦਾ ਅਤੇ ਸਮਝਾਉਣ ਦਾ ਮਕਸਦ ਸਿਰਫ ਇੰਨਾ ਹੈ ਕਿ ਉਹਨਾਂ ਵੈਕੈਂਸੀਆਂ ਵਾਸਤੇ ਸਰਕਾਰ ਬੜੀ ਗੰਭੀਰ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਮੈਂ ਕੋਈ ਪੋਲੀਟੀਕਲ ਗੱਲ ਨਹੀਂ ਕਰ ਰਿਹਾ, ਪਰ ਫਿਰ ਵੀ ਪਿਛਲੇ ਦਿਨਾਂ ਨੂੰ ਇਹ ਦੇਖਦਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੈਕੈਂਸੀਆਂ ਦਾ ਮੋਲ ਬਹੁਤ ਤਕੜਾ ਹੈ। ਸਰਕਾਰ ਨੇ ਵੈਕੈਂਸੀਆਂ ਜਿਹੜੀਆਂ ਹੈ ਕੱਢੀਆਂ, ਉਸੇ ਤਰ੍ਹਾਂ ਨਾਲ ਜਿਵੇਂ ਕਿ ਕੈਲੰਡਰ, ਹਰਜੋਤ ਬੈਂਸ ਜੀ ਨੇ ਇਹ ਗੱਲ ਕਹੀ ਹੈ ਆਪਣਾ ਨੂੰ ਵੀ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਦੇ ਵਿੱਚ ਕੈਲੰਡਰ ਜਾਰੀ ਹੋਇਆ, ਉਸੇ ਤਰ੍ਹਾਂ ਨਾਲ ਡੇਟ, ਐਗਜ਼ਾਮ ਰਿਜ਼ਲਟ, ਜੁਆਇਨਿੰਗ ਉਹਨਾਂ ਨੇ ਉਸ ਤਰ੍ਹਾਂ ਹੀ ਦੇ ਦੇਣੀ ਹੈ। ਉਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਐਨਟੀਟੀ ਦੀਆਂ ਜਿਹੜੀਆਂ ਵੈਕੈਂਸੀਆਂ ਹੈ ਉਹ ਕੱਢਣੀਆਂ ਪੈਣਗੀਆਂ ਹੀ। ਠੀਕ ਹੈ, ਤਾਂ ਆਪਾਂ ਉਹਦੇ ਵਾਸਤੇ ਤੁਹਾਨੂੰ ਇਸ ਚੈਨਲ ਦੇ ਵਿੱਚ ਜਿਹੜੀ ਨੌਕਰੀ ਆਪਣੇ ਐਨਟੀਟੀ ਦੀ ਜਿਹੜੀ ਤਿਆਰੀ ਹੈ ਤੁਹਾਨੂੰ ਕਰਨ ਨੂੰ ਮਿਲੇਗੀ। ਤਾਂ ਜਿਹੜੇ ਵੀ ਸਟੂਡੈਂਟ, ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਹੈ ਐਨਟੀਟੀ ਦੀ, ਠੀਕ ਹੈ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਲਾਈਕ ਕਰ ਲੈਣ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇੱਥੇ ਤੁਹਾਨੂੰ ਬੈਲੈਂਸ ਡਾਈਟ ਕਰਵਾਊਂਗਾ, ਮੈਂ ਇੱਥੇ ਤੁਹਾਨੂੰ ਰਵਿੰਦਰਨਾਥ ਟੈਗੋਰ ਦੀ ਕੀ ਸਿੱਖਿਆ ਨੀਤੀ ਦੇ ਵਿੱਚ ਕੀ ਸੀ ਉਹ ਕਰਵਾਊਂਗਾ। ਠੀਕ ਹੈ, ਮੈਂ ਤੁਹਾਨੂੰ ਇੱਥੇ ਮਹਾਤਮਾ ਗਾਂਧੀ ਜੀ ਦੀ ਕੀ ਜਿਹੜਾ ਪ੍ਰੀ ਸਕੂਲ ਐਜੂਕੇਸ਼ਨ ਦੇ ਵਿੱਚ ਉਹਨਾਂ ਦੀ ਕੀ ਭੂਮਿਕਾ ਸੀ ਉਹ ਵੀ ਕਰਵਾਊਂਗਾ। ਤੁਹਾਨੂੰ ਮੈਂ ਇੱਥੇ ਜਿੰਨੀਆਂ ਵੀ ਕਮਿਊਨੀਕੇਬਲ ਡਿਜੀਜ਼ ਹੈ, BCG ਦੀ ਵੈਕਸੀਨ ਹੈ, ਇਹ ਸਾਰਿਆਂ ਬਾਰੇ ਆਪਾਂ ਚਰਚਾ ਕਰਾਂਗੇ। ਜਿਵੇਂ ਕਿ ਤੁਸੀਂ ਦੇਖਿਆ ਪੰਜਾਬ 'ਚ ਵੂਮੈਨ ਸੁਪਰਵਾਈਜ਼ਰ ਦਾ ਪੇਪਰ ਹੋਇਆ, ਲਗਭਗ ਸਿਲੇਬਸ ਹੋਈ ਸੀ, ਬਟ ਫਿਰ ਵੀ ਬੱਚਿਆਂ ਦੇ ਨੰਬਰ ਬਹੁਤ ਘੱਟ ਆਏ, ਕਿਉਂਕਿ ਉਹਦੇ ਨਾਲ ਥੋੜ੍ਹਾ ਜਿਹੀ ਰੈਲੇਵੈਂਟ ਸਾਇੰਸ ਹੈ। ਠੀਕ ਹੈ ਬਈ, ਤਾਂ ਸਾਰੇ ਸਟੂਡੈਂਟ ਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਜਿਹੜੀ ਐਨਟੀਟੀ ਹੈ ਯਾਨੀ ਕਿ ਨਰਸਰੀ ਟੀਚਰ ਟ੍ਰੇਨਿੰਗ ਹੈ, ਉਹਨੂੰ ਉਹ ਕਿਹਦੇ ਵਾਸਤੇ, ਉਹ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਪ੍ਰੀ ਸਕੂਲ ਦਾ ਮਤਲਬ ਕਿਹੜਾ ਹੈ, ਜਿਹੜਾ ਆਪਾਂ ਗੱਲ ਕਰ ਦਿੰਦੇ ਹਾਂ LKG UKG ਉਸ ਤਰ੍ਹਾਂ ਦੇ ਜਿਹੜੇ ਕੋਰਸ ਹੈ ਉਹ ਹੁਣ ਸਰਕਾਰੀ ਸਕੂਲਾਂ 'ਚ ਚੱਲਣਗੇ। ਜਿਵੇਂ ਕਿ ਨਵੀਂ ਸਿੱਖਿਆ ਨੀਤੀ ਇਹ ਗੱਲ ਕਹਿੰਦੀ ਹੈ ਕਿ 5+3, 3+4, ਇਹ ਨਵੀਂ ਸਿੱਖਿਆ ਨੀਤੀ ਦੇ ਤਹਿਤ ਜਿਵੇਂ ਵੀ ICDS 1975 'ਚ ਬਣਿਆ ਸੀ, ਇੰਟੀਗ੍ਰੇਟਿਡ ਚਾਈਲਡ ਡਿਵਲਪਮੈਂਟ ਸਰਵਿਸ ਸਕੀਮ, ਕਿ ਇੰਟੀਗ੍ਰੇਟਿਡ ਚਾਈਲਡ ਡਿਵਲਪਮੈਂਟ ਸਰਵਿਸ ਸਕੀਮ, ਇਹ ਜਿਹੜੀ ਫੁੱਲ ਫੋਰਮ ਹੈ ਇਹ ਹਰ
पेपर ਦੇ ਵਿੱਚ ਆਉਂਦੀ ਹੈ, ਚਾਹੇ ਉਹ ਐਂਟੀਟੀ ਹੈ ਚਾਹੇ ਉਹ ਸੁਪਰਵਾਈਜ਼ਰ ਹੈ। ਮੈਂ ਸੁਪਰਵਾਈਜ਼ਰ ਦੀ ਗੱਲ ਵਿੱਚ ਇਸ ਕਰਕੇ ਕੀਤੀ ਹੈ ਕਿਉਂਕਿ ਜਿਹੜਾ ਆਂਗਣਵਾੜੀ ਦੇ ਉੱਤੇ ਜਿਹੜਾ ਇੱਕ ਅਫਸਰ ਹੁੰਦਾ ਹੈ ਪੰਜਾਬ ਸਰਕਾਰ ਦਾ ਜਾਂ ਸਟੇਟ ਗੌਰਮੈਂਟ ਦਾ, ਉਹ ਇਹਨੂੰ ਲੀਡ ਕਰਦਾ ਹੈ। ਵੈਸੇ ਉਹ ਤਾਂ ਉੱਤੇ ਅਫਸਰ ਤਾਂ ਹੁੰਦੇ ਹੀ ਹੈ, ਠੀਕ ਹੈ। ਤਾਂ ਇਸੇ ਕਰਕੇ ਮੈਂ ਤੁਹਾਨੂੰ ਕੀ ਸਮਝਾਉਣ ਦੀ ਗੱਲ ਕਰ ਰਿਹਾ, ਜਿਹੜੇ ਬੱਚੇ 3 ਸਾਲ ਤੋਂ 6 ਸਾਲ ਦੇ ਹੈ ਉਹਨਾਂ ਨੂੰ ਪ੍ਰੀ ਸਕੂਲ ਦੇ ਵਿੱਚ ਰੱਖਿਆ ਜਾਵੇ। ਉਹਨਾਂ ਦੀ ਅੱਜ ਆਪਾਂ ਕੁਝ ਇੱਕ ਹਿਸਟਰੀ ਪੜਾਂਗੇ ਵੀ ਇਹ ਸਕੂਲ ਕਿਵੇਂ ਸਟਾਰਟ ਹੋਏ। ਵੈਸੇ ਤਾਂ ਪ੍ਰੀ ਸਕੂਲ ਦੇ ਵਿੱਚ ਬਹੁਤ ਜਿਹੜਾ ਹੈ ਵਿਦਵਾਨਾਂ ਦਾ ਹੱਥ ਹੈ, ਉਹਨੂੰ ਸ਼ੁਰੂ ਰਵਿੰਦਰ ਨਾਥ ਟੈਗੋਰ ਜੀ ਦਾ ਵੀ ਹੈ, ਮਹਾਤਮਾ ਗਾਂਧੀ ਜੀ ਦਾ ਵੀ ਹੈ। ਉਸੇ ਤਰ੍ਹਾਂ ਨਾਲ ਤੁਹਾਨੂੰ ਮੈਂ ਅੱਜ ਸਮਝਾਉਣ ਦੀ ਅਤੇ ਦੱਸਣ ਦੀ ਕੋਸ਼ਿਸ਼ ਕਰੂੰਗਾ ਤਾਰਾਬਾਈ ਮੋਦਕ। ਦੇਖੋ ਤਾਰਾਬਾਈ ਮੋਦਕ ਜਿਨ੍ਹਾਂ ਦਾ ਜਨਮ 1892 ਵਿੱਚ ਹੋਇਆ ਸੀ ਅਤੇ ਉਹਨਾਂ ਦਾ ਜਿਹੜਾ ਅੰਤ ਹੈ ਉਹ 1973 'ਚ ਹੋਇਆ ਸੀ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕਿਸ ਤਰ੍ਹਾਂ ਨਾਲ ਐਮ ਸੀ ਕਿਊ ਆਉਣਗੇ, ਪਹਿਲਾਂ ਆਪਾਂ ਥਿਊਰੀ ਪੜ੍ਹਾਂਗੇ, ਸੇਮ ਉਸੇ ਤਰ੍ਹਾਂ ਪੜ੍ਹਾਂਗੇ ਜਿਵੇਂ ਕਿ ਆਪਾਂ ਕੋਈ ਪੇਡ ਬੈਚ ਜਾਂ ਕੋਈ ਸਾਡੇ ਜਿਹੜਾ ਕੋਰਸ ਦੇ ਵਿੱਚ ਅਸੀਂ ਕਰਦੇ ਹਾਂ ਉਸੇ ਤਰ੍ਹਾਂ ਆਪਾਂ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਕੁਐਸਚਨ ਆ ਸਕਦਾ ਹੈ ਕਿ ਸਰਕਾਰੀ ਸਕੂਲਾਂ ਦੇ ਜਿਹੜੀ ਆਂਗਣਵਾੜੀ ਹੈ ਉਹ ਕਿਸ ਦੇ ਅੰਡਰ ਆਉਂਦੀ ਹੈ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਬੱਚਾ ਗਲਤ ਕਰ ਆਉਂਦਾ ਹੈ, ਉਹ ਬੱਚਾ ਗਲਤ ਕੀ ਕਰਦਾ ਹੈ, ਗਲਤ ਕੀ ਕਰਦਾ ਹੈ, ਗਲਤ ਇਹ ਗੱਲ ਕਰਦਾ ਹੈ ਕਿ ਉਹ ਕਰਦਾ ਹੈ ਕਿ ਇਹ ਮਿਨਿਸਟਰੀ ਆਫ ਐਜੂਕੇਸ਼ਨ ਦੇ ਅੰਡਰ ਆਉਂਦਾ। ਨਹੀਂ, ਜਿਹੜਾ ਆਂਗਣਵਾੜੀ ਜਾ ਕੇ ਹੈ ਇਹ ਆਉਂਦਾ ਹੈ ICDS ਦੇ ਅੰਡਰ, ਯਾਨੀ ਕਿ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ ਦੇ ਤਹਿਤ। ਉਹ ਸਕੀਮ ਕੀ ਕਿਹੜੇ ਮੰਤਰਾਲੇ ਦੇ ਅਧੀਨ ਆਉਂਦੀ ਹੈ? ਉਹ ਆਉਂਦੀ ਹੈ ਮਿਨਿਸਟਰੀ ਆਫ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ, ਠੀਕ ਹੈ। ਕੇਂਦਰ ਦੇ ਵਿੱਚ, ਕੇਂਦਰ ਦੇ ਵਿੱਚ ਜਿਹੜਾ ਮਿਨਿਸਟਰ ਹੈ ਆਪਣਾ ਉਹ ਹੈ ਸ਼੍ਰੀਮਤੀ ਸੁਮ੍ਰਿਤੀ ਇਰਾਨੀ ਜੀ, ਜਿਹੜੇ ਕਿ ਅਮੇਠੀ ਤੋਂ ਲੋਕ ਸਭਾ ਸਾਂਸਦ ਹੈ, ਠੀਕ ਹੈ, UP ਦੇ ਵਿੱਚੋਂ। ਤੁਹਾਨੂੰ ਉਸੇ ਤਰ੍ਹਾਂ ਕਮੈਂਟ ਬਾਕਸ ਦੇ ਵਿੱਚ ਇਹ ਗੱਲ ਕਹਿਣਾ ਹੈ ਵੀ ਪੰਜਾਬ ਦੀ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰ ਕੌਣ ਹੈ, ਇਹ ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਲਿਖਣਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦਾ ਜਿਹੜਾ ਆਪਣਾ ਟੋਪਿਕ ਹੈ ਜਿਹਦਾ ਨਾਂ ਹੈ ਤਾਰਾਬਾਈ ਮੋਦਕ। ਦੇਖੋ ਬਈ, ਤਾਰਾਬਾਈ ਮੋਦਕ ਨੇ ਬੇਸਿਕ ਸਿੱਖਿਆ ਨੀਤੀ ਦੇ ਵਿੱਚ, ਯਾਨੀ ਕਿ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਪ੍ਰੀ ਸਕੂਲ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਹੱਥ ਸੀ ਗੁਜਰਾਤ ਦੇ ਰਾਜਕੋਟ, ਠੀਕ ਹੈ ਬਈ। ਗੁਜਰਾਤ ਦੇ ਰਾਜਕੋਟ ਦੇ ਵਿੱਚ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਇੱਕ ਉਹਨਾਂ ਦੇ ਨਾਲ ਇੱਕ ਵੂਮੈਨ ਦਾ ਜਿਹੜਾ ਕੰਟੈਕਟ ਹੋਇਆ, ਗੀਜੂਬਾਈ ਬੜੇਕਾ। ਤਾਂ ਸਭ ਤੋਂ ਪਹਿਲਾਂ ਹੀ ਕੁਐਸਚਨ ਇਹ ਆ ਸਕਦਾ ਹੈ ਤੁਹਾਨੂੰ ਵੀ ਤਾਰਾਬਾਈ ਮੋਦਕ ਦਾ ਸਭ ਤੋਂ ਪਹਿਲੀ ਮੁਲਾਕਾਤ ਕਿਸ ਨਾਲ ਹੋਈ? ਗੀਜੂਬਾਈ ਬੜੇਕਾ। ਜਿਸ ਤਰ੍ਹਾਂ ਨਾਲ ਮੈਂ ਤੁਹਾਨੂੰ ਇਹ ਇੱਥੇ ਲਿਖ ਕੇ ਲਿਆਇਆ ਕਿ ਸਭ ਤੋਂ ਪਹਿਲਾਂ ਆ ਵੀ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਤਾਰਾਬਾਈ ਮੋਦਕ ਨੂੰ ਕਿਹੜਾ ਸਨਮਾਨ ਮਿਲਿਆ ਸੀ? ਤਾਂ ਉਹਨਾਂ ਨੂੰ ਪਦਮ ਵਿਭੂਸ਼ਣ ਮਿਲਿਆ ਹੋਇਆ, ਠੀਕ ਹੈ ਬਈ। ਤਾਂ ਸਾਰੇ ਸਟੂਡੈਂਟ ਨੂੰ ਇਹ ਧਿਆਨ ਰੱਖਣਾ ਹੈ ਕਿਉਂਕਿ ਆਪਾਂ ਦੇਖੋ ਤਿਆਰੀ ਉਸ ਤਰ੍ਹਾਂ ਨਾਲ ਕਰਨੀ ਹੈ, ਇਸੇ ਤਰ੍ਹਾਂ ਪੜ੍ਹਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਪਦਮ ਵਿਭੂਸ਼ਣ, ਠੀਕ ਹੈ, ਪਦਮ ਸ਼੍ਰੀ, ਪਦਮ ਵਿਭੂਸ਼ਣ ਇਹ ਕੇਂਦਰ ਸਰਕਾਰ ਦੇ ਇੱਕ ਅਵਾਰਡ ਨੇ, ਠੀਕ ਹੈ ਬਈ, ਜਿਨ੍ਹਾਂ ਨੂੰ ਕੋਈ ਆਪਣੀ ਫੀਲਡ ਦੇ ਵਿੱਚ ਖਾਸ ਕੰਮ ਕਰੇ ਉਹਨਾਂ ਨੂੰ ਸਨਮਾਨਿਤ ਜਿਹੜਾ ਹੈ ਕੀਤਾ ਜਾਂਦਾ ਹੈ, ਠੀਕ ਹੈ ਬਈ। ਉਹ ਦੇਖੋ, ਰਾਜਕੋਟ ਵਿੱਚ ਔਰਤਾਂ ਦੀ ਸਿਖਾਈ ਲਈ ਕਾਲਜ ਦੀ ਪ੍ਰਿੰਸੀਪਲ ਸੀ ਜਦੋਂ ਉਹ ਪ੍ਰੀ ਸਕੂਲ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਇਸਤਰੀ, ਯਾਨੀ ਕਿ ਜਿਹਦਾ ਨਾਮ ਹੈ ਗੀਜੂਬਾਈ ਬੜੇਕਾ, ਠੀਕ ਹੈ ਜੀ, ਬੋਲੋ ਬਈ। ਯਾਨੀ ਕਿ ਗੀਜੂਬਾਈ ਬੜੇਕਾ ਨਾਲ ਉਹਨਾਂ ਦੇ ਸੰਪਰਕ ਦੇ ਵਿੱਚ ਆਈ, ਠੀਕ ਹੈ। ਬੜੇਕਾ ਯਾਨੀ ਕਿ ਉਹਨਾਂ ਦੀ ਗੱਲ ਹੋ ਰਹੀ ਹੈ ਗੀਜੂਬਾਈ ਦੀ। ਉਹ ਗੁਜਰਾਤ ਦੇ ਭਾਵਨਗਰ ਵਿੱਚ ਪ੍ਰੀ ਸਕੂਲ ਸਿੱਖਿਆ ਦਾ ਪ੍ਰਯੋਗ ਕਰ ਰਹੀ ਸੀ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਗੀਜੂਬਾਈ ਬੜੇਕਾ ਦੀ ਇੱਕ ਸਕੀਮ ਸੀਗੀ ਬਾਲ ਮੰਦਰ। ਬਾਲ ਮੰਦਰ ਤੋਂ ਪਤਾ ਲੱਗਦਾ ਹੈ ਕਿ ਮੰਦਰ ਦੇ ਵਿੱਚ ਜਾ ਕੇ ਛੋਟੇ ਬੱਚਿਆਂ ਨੂੰ ਉਹ ਯਾਨੀ ਕਿ ਪੜ੍ਹਾਉਂਦੇ ਸੀ ਜਾਂ ਉਹਨਾਂ ਨੂੰ ਸਮਝਾਉਂਦੇ ਸੀ, ਉਹਨਾਂ ਦਾ ਖਾਣ ਪਾਣ ਪੋਸ਼ਣ ਕਰਦੇ ਸੀ, ਠੀਕ ਹੈ ਬਈ। ਤਾਂ ਉਸ ਤੋਂ ਉਹਨਾਂ ਨੇ ਦੇਖਿਆ ਅਤੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਉਹਨਾਂ ਦੇ ਨਾਲ ਪ੍ਰਿੰਸੀਪਲ ਦੀ ਨੌਕਰੀ ਜਿਹੜੀ ਹੈ ਉਹ ਛੱਡ ਕੇ ਅਤੇ ਉਹ
ਗੀਜੂ ਬਾਈ ਬੜੇਕਾ ਦੇ ਨਾਲ ਜਿਹੜੀ ਹੈ ਆ ਗਈ, ਸਮਝ ਆ ਗਈ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਅੰਦੋਲਨ ਹੈ ਉਹ ਧੀਰੇ 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 ਸਿਖਰਾਂ 'ਤੇ ਪਹੁੰਚ ਗਿਆ ਅਤੇ ਉਹ 1925 ਦੇ ਵਿੱਚ, ਆਹ ਦੇਖੋ ਆਹ ਬਹੁਤ ਇੰਪੋਰਟੈਂਟ ਲਾਈਨ ਹੈ, 1925 ਦੇ ਵਿੱਚ ਪ੍ਰੀ ਪ੍ਰਾਇਮਰੀ ਅਧਿਆਪਕਾਂ ਲਈ ਇੱਕ ਸਿਖਲਾਈ ਕਾਲਜ ਵੀ ਸ਼ੁਰੂ ਕੀਤਾ। ਤਾਂ ਤੁਹਾਨੂੰ ਇੱਕ ਕੁਐਸਚਨ ਜ਼ਰੂਰ ਪੁੱਛਿਆ ਜਾਏਗਾ ਕਿ ਤਾਰਾਬਾਈ ਮੋਦਕ ਨੇ ਕਦੋਂ ਜਿਹੜਾ ਹੈ ਇੱਕ ਪ੍ਰੀ ਸਕੂਲ ਸਿੱਖਿਆ ਅਧਿਆਪਕਾਂ ਵਾਸਤੇ ਕਾਲਜ ਦੀ ਸ਼ੁਰੂਆਤ ਕੀਤੀ, ਤਾਂ ਉਹ 1925 ਦੇ ਵਿੱਚ ਕੀਤੀ। ਇਸ ਤਰ੍ਹਾਂ ਦੇ ਕਈ ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੇ ਹੈ, ਠੀਕ ਹੈ। ਤਾਂ ਆਪਾਂ ਉਹਨਾਂ ਨੂੰ ਇੱਕ ਇੱਕ ਕਰਕੇ ਜਿਹੜੇ ਹੈ ਪੜ੍ਹ ਰਹੇ ਹਾਂ, ਠੀਕ ਹੈ ਬਈ। ਹਾਂਜੀ ਅੱਗੇ ਦੇਖੋ, ਅੱਗੇ ਉਸ ਤੋਂ ਬਾਅਦ ਗੁਜਰਾਤ ਵਿੱਚ, ਦੇ ਵਿੱਚ ਉਸ ਟਾਈਮ, ਯਾਨੀ ਕਿ ਆਪਾਂ ਗੱਲ ਕਰ ਰਹੇ ਹਾਂ ਯਾਨੀ ਕਿ 1892 'ਚ ਤਾਂ ਉਹਨਾਂ ਦਾ ਜਨਮ ਹੋਇਆ, ਲਗਭਗ 1900 ਦੀ 1925 ਦੇ ਵਿੱਚ ਗੱਲ ਹੈ। ਉਦੋਂ ਜਿਹੜਾ ਸਿੱਖਿਆ ਹੈ ਯਾਨੀ ਕਿ ਜਿਹੜਾ ਇੰਡੀਅਨ ਫਰੀਡਮ ਸਟਰਗਲ ਹੈ, ਮੂਵਮੈਂਟ ਹੈ, ਉਹ ਆਪਣੀ ਜ਼ੋਰਾਂ 'ਤੇ ਸੀ, ਠੀਕ ਹੈ। ਆ ਦੇਖੋ ਇਹੀ ਗੱਲ ਮੈਂ ਕਹਿ ਰੱਖਿਆ, ਉਹਨਾਂ ਨੇ ਇਹ ਸੋਚਿਆ ਕਿ ਜਿਹੜਾ ਹੋਰ ਵੀ ਕੋਈ ਸਿਸਟਮ ਹੈ, ਯਾਨੀ ਕਿ ਜਿਹੜੇ ਬੱਚੇ ਗਰੀਬ ਘਰਾਂ ਦੇ ਬੱਚੇ, ਠੀਕ ਹੈ, ਉਹਨਾਂ ਨੂੰ ਕਿਸ ਤਰ੍ਹਾਂ ਨਾਲ ਪ੍ਰੀ ਸਕੂਲ ਦੇ ਵਿੱਚ ਲਿਆਇਆ ਜਾਵੇ, ਉਹਨਾਂ ਦੀ ਰਾਖੀ ਕੀਤੀ, ਮਤਲਬ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਪੜ੍ਹਾਇਆ ਜਾਵੇ, ਉਹਨਾਂ ਦੀ ਦੇਖਭਾਲ ਕੀਤੀ ਜਾਵੇ, ਇਹ ਸਾਰਾ ਜਿਹੜਾ ਕੰਸੈਪਟ ਹੈ ਇਹ ਤਾਰਾਬਾਈ ਮੋਦਕ ਦਾ ਹੈ, ਠੀਕ ਹੈ ਬਈ। ਉਸੇ ਤਰ੍ਹਾਂ ਨੇ ਤਾਰਾਬਾਈ ਮੋਦਕ 1931 ਵਿੱਚ, ਠੀਕ ਹੈ, ਪ੍ਰੀ ਸਕੂਲ ਅੰਦੋਲਨ ਨੂੰ ਮਹਾਰਾਸ਼ਟਰਾ ਤੱਕ ਵਧਾ ਦਿੱਤਾ, ਠੀਕ ਹੈ। ਔਰ ਮਹਾਰਾਸ਼ਟਰਾ ਦੇ ਹਰੀਜਨਵਾੜਾ ਵਿੱਚ ਇੱਕ ਬਾਲਵਾੜੀ ਦੀ ਸਥਾਪਨਾ ਕੀਤੀ, ਸਮਝ ਆ ਗਈ। ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਕੁਐਸਚਨ MCQ ਦੇ ਵਿੱਚ ਬਣ ਸਕਦਾ ਹੈ ਕਿ ਹਰੀਜਨਵਾੜਾ ਕਿੱਥੇ ਹੈ, ਜਿੱਥੇ ਇੱਕ ਬਾਲਵਾੜੀ ਦੀ ਸਥਾਪਨਾ ਕੀਤੀ, ਯਾਨੀ ਕਿ ਉੱਥੇ ਬੱਚੇ ਆਉਂਦੇ ਸੀ, ਛੋਟੇ ਛੋਟੇ ਬੱਚੇ ਆਉਂਦੇ ਸੀ, ਠੀਕ ਹੈ, ਉਹ ਕਿੱਥੇ ਸਭ ਤੋਂ ਪਹਿਲਾਂ ਸਥਾਪਿਤ ਕੀਤੀ, ਤਾਂ ਉਹ ਮਹਾਰਾਸ਼ਟਰਾ ਦੇ ਅਮਰਾਵਤੀ ਜ਼ਿਲ੍ਹੇ ਦੇ ਵਿੱਚ, ਠੀਕ ਹੈ ਬਈ, ਮਹਾਰਾਸ਼ਟਰਾ ਦੇ ਅਮਰਾਵਤੀ ਵਿੱਚ, ਠੀਕ ਹੈ। ਤਾਂ ਇਹ ਮੈਂ ਤੁਹਾਨੂੰ ਸਮਝਾਉਣ ਦੇ ਵਿੱਚ ਕੋਸ਼ਿਸ਼ ਕਰ ਰਿਹਾ ਕਿ ਤਾਰਾਬਾਈ ਮੋਦਕ ਜਿਹੜੇ ਹੈ ਉਹਨਾਂ ਨੇ ਕਿਸ ਤਰ੍ਹਾਂ ਨਾਲ ਪ੍ਰੀ ਸਕੂਲ ਐਜੂਕੇਸ਼ਨ ਦੇ ਵਿੱਚ ਜਿਹੜਾ ਹੈ ਆਪਣਾ ਸਹਿਯੋਗ ਦਿੱਤਾ, ਆਪਣਾ ਕਾਮਯਾਬੀ ਉਹਨਾਂ ਨੇ ਕੀਤੀ। 1936 ਵਿੱਚ ਤਾਰਾਬਾਈ ਨੇ ਪ੍ਰਿੰਸੀਪਲ ਪ੍ਰੀ ਸਕੂਲ ਬੱਚਿਆਂ ਲਈ ਬੰਬਈ ਵਿੱਚ ਇੱਕ ਸ਼ਿਸ਼ੂ ਵਿਹਾਰ, ਆਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਸਮਝ ਆ ਗਈ। ਅਬ ਤੁਹਾਨੂੰ ਇਹ ਕੁਐਸਚਨ ਪੁੱਛਿਆ ਜਾਏਗਾ ਕਿ ਤਾਰਾਬਾਈ ਮੋਦਕ ਕਿਸ ਨੇ ਸ਼ਿਸ਼ੂ ਵਿਹਾਰ, ਠੀਕ ਹੈ ਬਈ, ਕੇਂਦਰ ਦੀ ਸਥਾਪਨਾ ਕੀਤੀ ਅਤੇ ਕਦੋਂ ਕੀਤੀ, 1936 ਦੇ ਵਿੱਚ ਕੀਤੀ, ਅਤੇ ਉਹਨਾਂ ਦਾ ਨਾਂ ਕੀ ਸੀ, ਤਾਰਾਬਾਈ ਮੋਦਕ, ਠੀਕ ਹੈ ਬਈ, ਠੀਕ ਹੈ ਬਈ। ਤਾਂ ਉਸ ਤੋਂ ਬਾਅਦ 1945 ਦੇ ਵਿੱਚ ਤਾਰਾਬਾਈ ਨੇ ਬੋਰਡੀ, ਠੀਕ ਹੈ, ਕੋਈ ਜਗ੍ਹਾ ਦਾ ਨਾਂ ਹੈ, ਬੋਰਡੀ ਵਿਖੇ ਗ੍ਰਾਮ ਬਾਲ ਸਿੱਖਿਆ ਕੇਂਦਰ ਦੀ ਸਥਾਪਨਾ ਕੀਤੀ, ਬੋਰਡੀ ਵਿੱਚ ਗ੍ਰਾਮ ਬਾਲ। ਅਬ ਆਹ ਵੀ ਕੁਐਸਚਨ ਆਪਣਾ ਨੂੰ ਕੱਲ੍ਹ ਨੂੰ MCQ ਦੇ ਵਿੱਚ ਪੁੱਛ ਸਕਦਾ ਹੈ ਕਿ ਬੋਰਡੀ ਵਿਖੇ ਗ੍ਰਾਮ ਬਾਲ ਦੀ ਜਿਹੜੀ ਕੇਂਦਰ ਦੀ ਸਥਾਪਨਾ ਕਿਸ ਨੇ ਕੀਤੀ, ਤਾਂ ਤਾਰਾਬਾਈ ਮੋਦਕ ਨੇ ਕੀਤੀ। ਕਦੋਂ ਕੀਤੀ, 1945 ਦੇ ਵਿੱਚ ਕੀਤੀ, ਠੀਕ ਹੈ ਬਈ। ਉਸ ਦੇ ਨਾਲ ਹੀ, ਠੀਕ ਹੈ, ਉਸ ਜਗ੍ਹਾ 'ਤੇ ਉਹਨਾਂ ਨੇ 12 ਸਾਲ ਕੰਮ ਕੀਤਾ। ਕਿੰਨੇ ਸਾਲ ਕੰਮ ਕੀਤਾ, 12 ਸਾਲ ਕੰਮ ਕੀਤਾ। 1957 ਵਿੱਚ 1900 ਦੇ ਕਬਾਲੀ ਖੇਤਰ ਦੇ ਵਿੱਚ, ਠੀਕ ਹੈ, ਆਹ ਦੇਖੋ 1957 ਦੇ ਵਿੱਚ ਕੋਸ਼ਬਾੜ ਦੇ ਕਾਬਲੀ ਖੇਤਰ ਦੇ ਵਿੱਚ ਸ਼ਿਫਟ ਹੋ ਗਏ, ਜਿੱਥਾਂ ਨੇ ਉਹਨਾਂ ਨੇ ਬੱਚਿਆਂ ਨਾਲ ਕੰਮ ਕਰਨਾ ਜਿਹੜਾ ਹੈ ਸ਼ੁਰੂ ਕਰ ਦਿੱਤਾ, ਸਮਝ ਆ ਗਈ। ਤਾਂ ਇਹ ਮੈਂ ਤੁਹਾਨੂੰ ਸਮਝਾਉਣ ਵਾਸਤੇ ਦੱਸ ਰਿਹਾ, ਤਾਰਾਬਾਈ ਮੋਦਕ ਨੇ ਸਭ ਤੋਂ ਪਹਿਲੇ ਬਾਲ ਗ੍ਰਾਮ ਉਹਨਾਂ ਨੇ 1945 ਦੇ ਵਿੱਚ ਸ਼ੁਰੂ ਕੀਤਾ, ਠੀਕ ਹੈ, ਹਰੀਜਨਵਾੜਾ ਦੇ ਵਿਖੇ ਉਹਨਾਂ ਨੇ ਕੀ ਸ਼ੁਰੂ ਕੀਤਾ, ਇਹ ਤੁਸੀਂ ਕਮੈਂਟ ਬੋਕਸ 'ਚ ਜ਼ਰੂਰ ਲਿਖਣਾ ਹੈ, ਠੀਕ ਹੈ। ਤਾਰਾਬਾਈ ਮੋਦਕ ਨੇ ਪ੍ਰੀ ਸਕੂਲ, ਜਿਹਨੂੰ ਆਪਾਂ ਬੋਲ ਦਿੰਦੇ ਹਾਂ ਬਾਲਵਾੜੀ, ਠੀਕ ਹੈ, ਉਹਨਾਂ ਨੇ ਅਗਵਾਈ ਵੀ ਕੀਤੀ, ਉਹ ਮੋਹਰੀ ਵੀ ਸੀਗੇ, ਠੀਕ ਹੈ। ਤਾਂ ਉਹਨਾਂ ਨੇ ਇਸ ਤਰ੍ਹਾਂ ਨਾਲ ਜਿਹੜਾ ਬੱਚਿਆਂ ਨੂੰ ਪ੍ਰੀ ਸਕੂਲ ਐਜੂਕੇਸ਼ਨ ਲਈ ਪ੍ਰਭਾਵਿਤ ਕੀਤਾ,
ਤੇ ਉੱਥੋਂ ਸਰਕਾਰ ਨੇ ਵੀ ਸੋਚਿਆ ਵੀ ਇਹ ਕਿਉਂ ਨਾ ਉੱਥੇ ਜਿਹੜੇ ਜਿਹੜੇ ਲੋਕ ਅਮੀਰ ਨਹੀਂ ਹੈ ਉਹਨਾਂ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਨਾਲ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਵੇ ਬੱਚਿਆਂ ਦੀ। ਠੀਕ ਹੈ, ਤਾਂ ਇਹ ਹਿਸਟਰੀ ਸੀਗੀ ਤਾਰਾਬਾਈ ਮੋਦਕ ਦੀ। ਔਰ ਮੈਂ ਤੁਹਾਨੂੰ, ਠੀਕ ਹੈ, ਤਾਂ ਇਸ ਤੋਂ ਬਾਅਦ ਉਵੇਂ ਇਹ ਸਿਸਟਮ ਚੱਲਦਾ ਗਿਆ ਹਰ ਰਾਜ ਦੇ ਵਿੱਚ। ਫਿਰ ਸਰਕਾਰ ਨੂੰ ਲਗਭਗ 1975 ਦੇ ਵਿੱਚ ਜਾਂ ਉਸ ਤੋਂ ਪਹਿਲਾਂ, ਠੀਕ ਹੈ, ਯਾਨੀ ਕਿ ਸ਼ੁਰੂ ਜਿਹੜਾ ਹੈ ਕਰਨਾ ਪਿਆ ਬਾਲਵਾੜੀ। ਠੀਕ ਹੈ ਜੀ, ਤਾਂ ਇਸੇ ਲਈ ਅੱਗੇ ਜਿਹੜਾ ਮੈਂ ਹੈ ਤੁਹਾਨੂੰ ਇਹ ਦੱਸ ਦਿੰਦਾ ਕਿ ਆਂਗਣਵਾੜ ਵਾਲੀ ਯਾਨੀ ਕਿ ਪ੍ਰੀ ਸਕੂਲ ਐਜੂਕੇਸ਼ਨ ਬੱਚਿਆਂ ਵਿੱਚ ਜਿਹੜੇ ਮੈਂ ਤੁਹਾਨੂੰ ਇਹ ਫਿਰ ਹੀ ਕਹਿ ਦਿੰਦਾ, ਫਿਰ ਦੱਸ ਦਿੰਦਾ, ਝੌਂਪੜੀਆਂ ਦੇ ਨੇੜੇ, ਠੀਕ ਹੈ, ਮਾਪਿਆਂ ਅਤੇ ਬਜ਼ੁਰਗ ਦੀ ਨਜ਼ਰ ਦੇ ਹੇਠ ਦਰਖਤਾਂ ਦੇ ਹੇਠ ਕਰਵਾਈਆਂ ਜਾਂਦੀਆਂ ਸਨ। ਠੀਕ ਹੈ ਜੀ, ਪਹਿਲਾਂ ਉਸ ਟਾਈਮ ਦੇ ਵਿੱਚ ਦੀ ਗੱਲ ਕਰ ਰਹੇ ਹੈ ਵੀ ਸਭ ਤੋਂ ਪਹਿਲਾਂ ਉਹਨਾਂ ਨੇ ਪ੍ਰੀ ਸਕੂਲ ਐਜੂਕੇਸ਼ਨ ਕਿਵੇਂ ਸਟਾਰਟ ਕੀਤਾ, ਤਾਂ ਜਿਹੜੇ ਗਰੀਬ ਬੱਚੇ ਸੀਗੇ ਉਹਨਾਂ ਦੇ ਝੌਂਪੜੀਆਂ ਦੇ ਕੋਲ, ਉਹਨਾਂ ਦੇ ਮਾਪਿਆਂ ਦੇ ਕੋਲ ਉਹਨਾਂ ਨੂੰ ਪੜ੍ਹਾਉਣਾ ਸਿਖਾਇਆ। ਠੀਕ ਹੈ ਨਾ, ਇਹ ਸਾਰਾ ਜਿਹੜਾ ਕ੍ਰੈਡਿਟ ਹੈ ਇਹ ਤਾਰਾਬਾਈ ਮੋਦਕ ਦੇ ਉੱਤੇ ਜਾਂਦਾ ਹੈ। ਠੀਕ ਹੈ, ਤਾਂ ਤੁਹਾਨੂੰ ਇਸ ਤਰ੍ਹਾਂ ਦੇ MCQ ਕੁਐਸਚਨ ਵੀ ਆਉਣਗੇ ਜਿਹੜੇ ਮੈਂ ਤੁਹਾਨੂੰ ਸਮਝਾਉਣ ਦੀ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਠੀਕ ਹੈ, ਔਰ ਮੈਂ ਤੁਹਾਨੂੰ ਇਹ ਗੱਲ ਕੀ ਕਹਿਣਾ ਚਾਹੁੰਦਾ, ਠੀਕ ਹੈ, ਲਗਭਗ ਇਹ ਜਿਹੜਾ ਸਿਸਟਮ ਹੈ, ਇਹ ਜਿਹੜੀ ਪ੍ਰੀ ਸਕੂਲ ਐਜੂਕੇਸ਼ਨ ਹੈ, ਇਹ ਜਿਹੜੀ ਬਾਲਵਾੜੀ ਹੈ, ਇਹ ਕਰੀਬੋ ਕਰੀਬ 1.5 ਘੰਟੇ ਚੱਲਦੀ ਸੀ। ਠੀਕ ਹੈ ਨਾ, ਤਾਂ ਲਗਭਗ ਸਭ ਤੋਂ ਪਹਿਲਾਂ ਆਂਗਣਵਾੜੀ ਲਗਭਗ ਕਿਸੇ ਵੀ ਉਸ ਸਮੇਂ ਦੀ ਆਂਗਣਵਾੜੀ ਜਿਹੜੀ ਸੀ ਉਹ ਕਿਸੇ ਵੀ ਮਤਲਬ ਉਹਦੇ ਵਿੱਚ ਸਮਾਨ ਨਹੀਂ ਸੀ, ਸ਼ੀਸ਼ਾ, ਕੰਘਾ, ਠੀਕ ਹੈ, ਬਾਲਟੀਆਂ, ਕੈਂਚੀ, ਠੀਕ ਹੈ ਜੀ, ਅਤੇ ਉਸ ਟਾਈਮ ਹੁੰਦਾ ਕੀ ਸੀ ਬੱਚਿਆਂ ਨੂੰ ਖਿਡਾਉਣਾ, ਕਿਸ ਤਰ੍ਹਾਂ ਨਾਲ ਉਹਨਾਂ ਦਾ ਬ੍ਰੇਨ ਜਿਹੜਾ ਹੈ ਉਹ ਡਿਵੈਲਪ ਕਰਨਾ ਹੈ। ਠੀਕ ਹੈ ਨਾ, ਇਹ ਉਸ ਟਾਈਮ ਦਾ ਮੇਨ ਮੋਟਿਵ ਸੀਗਾ। ਠੀਕ ਹੈ ਜੀ, ਤਾਂ ਇਹ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਰਾਬਾਈ ਮੋਦਕ ਜਿਹੜਾ ਇੱਕ ਪਦਮ ਵਿਭੂਸ਼ਣ ਸੀ, ਠੀਕ ਹੈ, ਉਹਨਾਂ ਨੇ ਕਿਸ ਤਰ੍ਹਾਂ ਨਾਲ ਸਕੂਲ ਐਜੂਕੇਸ਼ਨ ਸ਼ੁਰੂ ਕੀਤਾ। ਠੀਕ ਹੈ, ਹੁਣ ਮੈਂ ਤੁਹਾਨੂੰ ਇੱਥੇ ਥਿਊਰੀ ਪੜ੍ਹਾ ਰਿਹਾ, ਜਦੋਂ ਮੈਂ ਤੁਹਾਨੂੰ ਦੋ ਸਾਇੰਟਿਸਟ ਬਾਰੇ ਦੱਸ ਦੂੰਗਾ ਜਾਂ ਦੋ ਤੁਹਾਨੂੰ ਜਿਹੜੀ ਪਰਸਨੈਲਿਟੀਜ਼ ਬਾਰੇ ਪੜ੍ਹਾ ਰਿਹਾ ਉਹਨਾਂ ਦੇ ਬਾਅਦ 'ਚ ਆਪਾਂ MCQ ਵੀ ਲਾ ਲਾਂਗੇ। ਠੀਕ ਹੈ, ਤਾਂ NTT ਦੀਆਂ ਕਲਾਸਾਂ ਸ਼ੁਰੂ ਹੋਣ ਤੱਕ, ਠੀਕ ਹੈ ਬਈ, ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ ਅਤੇ ਸ਼ੇਅਰ ਕਰੋ। ਮੈਂ ਇੱਕ ਹੋਰ ਇਨਫੋਰਮੇਸ਼ਨ ਤੁਹਾਨੂੰ ਦੇ ਰਿਹਾ, ਜਿਹੜੇ ਸਟੂਡੈਂਟ ਸਾਡੇ ਇਸ ਵਟਸਐਪ ਗਰੁੱਪ ਨਾਲ ਜੁੜਨਾ ਚਾਹੁੰਦੇ ਆ NTT ਦੇ, ਉਹ ਥੱਲੇ ਦਿੱਤੇ ਗਏ, ਠੀਕ ਹੈ, ਥੱਲੇ ਦਿੱਤੇ ਗਏ ਨੰਬਰਾਂ 'ਤੇ ਵਟਸਐਪ ਆਪਣਾ ਨਾਮ, ਤੁਸੀਂ ਇਗਨੂ ਤੋਂ DLED ਕੀਤੀ ਹੈ ਤਾਂ ਉਹ ਵੀ ਇਗਨੂ ਤੋਂ NTT ਕੀਤੀ ਹੈ ਤਾਂ ਤੁਸੀਂ ਉਹ ਵੀ ਤੁਸੀਂ ਲਿਖ ਲੈਣਾ ਹੈ। ਠੀਕ ਹੈ, ਹਾਂ, ਤਾਂ ਇਹ ਮੈਂ ਤੁਹਾਨੂੰ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਸਭ ਤੋਂ ਪਹਿਲਾਂ ਇਹ ਕੰਮ ਤੁਹਾਨੂੰ ਕਰਨਾ ਹੀ ਪੈਣਾ। ਤਾਂ ਅਗਲੀ ਕਲਾਸ ਦੇ ਵਿੱਚ ਆਪਾਂ ਮਿਲਦੇ ਹਾਂ, ਜਿਹਦੇ ਬਾਰੇ ਆਪਾਂ ਵੈਕਸੀਨੇਸ਼ਨ ਬਾਰੇ ਵੀ ਪੜ੍ਹਾਂਗੇ, ਮਹਾਤਮਾ ਗਾਂਧੀ ਬਾਰੇ ਵੀ ਪੜ੍ਹਾਂਗੇ। ਇਹ ਅਗਲੀ ਜਿਹੜੀ ਕਲਾਸ ਦੇ ਵਿੱਚ ਆਪਾਂ ਪੜ੍ਹਾਂਗੇ ਜਿਹੜਾ ਹੈ ਵੈਕਸੀਨੇਸ਼ਨ ਬਾਰੇ। ਧੰਨਵਾਦ, ਮਿਲਦੇ ਹਾਂ ਆਪਾਂ ਨੈਕਸਟ ਕਲਾਸ 'ਚ।